HIV ਏਡਜ਼ ਦੇ ਮਰੀਜ਼ਾਂ ਲਈ ਖੁਸ਼ਖਬਰੀ ਹੈ। ਵੀਰਵਾਰ ਨੂੰ ਡਾਕਟਰ ਦੀ ਇੱਕ ਟੀਮ ਨੇ ਐਲਾਨ ਕੀਤਾ ਕਿ ਜਰਮਨੀ ਦਾ ਇੱਕ 60 ਸਾਲਾ ਵਿਅਕਤੀ ਸਟੈਮ ਸੈੱਲ ਟ੍ਰਾਂਸਪਲਾਂਟ ਕਾਰਨ HIV ਦੀ ਬਿਮਾਰੀ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਏਗਾ। ਇਸ ਨਾਲ ਇਹ ਵਿਅਕਤੀ ਦੁਨੀਆ ਦਾ 7ਵਾਂ ਵਿਅਕਤੀ ਹੋਏਗਾ ਜੋ HIV ਤੋਂ ਠੀਕ ਹੋਇਆ ਹੈ। ਅਜਿਹੇ ਮਾਮਲੇ ਵਾਇਰਸ ਵਿਰੁੱਧ ਵਿਸ਼ਵ ਵਿਆਪੀ ਲੜਾਈ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਣਗੇ। ਦਰਅਸਲ ਅਗਲੇ ਹਫ਼ਤੇ ਮਿਊਨਿਕ 'ਚ ਇੰਟਰਨੈਸ਼ਨਲ ਏਡ ਕਾਨਫਰੰਸ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਅਜਿਹੀ ਸਫਲਤਾ ਕਾਰਨ ਵੱਡੀ ਗੱਲ ਹੈ। ਇਸ ਬਿਮਾਰੀ 'ਤੇ ਕੰਮ ਕਰ ਰਹੇ ਖੋਜਕਰਤਾ ਨੇ ਕਿਹਾ ਹੈ ਕਿ ਇੱਕ ਵੱਡੀ ਗੱਲ ਹੈ ਅਤੇ ਇਸ ਦੇ ਨਾਲ ਹੀ ਇਸ ਨੇ ਸਾਨੂੰ ਉਮੀਦ ਦਿੱਤੀ ਹੈ ਕਿ ਅਸੀਂ ਇਸ ਬਿਮਾਰੀ ਦੇ ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਕਰ ਸਕਦੇ ਹਾਂ। ਇਸ HIV ਮਰੀਜ਼ ਨੂੰ HIV ਅਤੇ ਹਮਲਾਵਰ ਲਿਊਕੇਮੀਆ ਦੋਨੋਂ ਹਨ। ਇਸ ਲਈ ਸੈੱਲ ਟ੍ਰਾਂਸਪਲਾਂਟ ਅਜਿਹੇ ਲੋਕਾਂ ਲਈ ਖਤਰਨਾਕ ਸਾਬਤ ਹੁੰਦਾ ਹੈ, ਪਰ ਫਿਰ ਵੀ ਅਸੀਂ ਜੋਖਮ ਲਿਆ ਹੈ, ਇਸ ਲਈ ਟ੍ਰਾਂਸਪਲਾਂਟ ਕੀਤਾ ਹੈ। ਇਸ ਜਰਮਨ ਵਿਅਕਤੀ ਨੇ ਆਪਣੀ ਪਛਾਣ ਨਾ ਦੱਸਣ ਲਈ ਇੱਛਾ ਜ਼ਾਹਰ ਕੀਤੀ ਹੈ। ਉਸ ਨੂੰ ਨੈਕਟਲ ਬਰਲਿਨ ਮਰੀਜ਼ ਕਿਹਾ ਜਾ ਰਿਹਾ ਹੈ। ਬਰਲਿਨ ਦੇ ਮੂਲ ਮਰੀਜ਼ ਦਾ ਨਾਂ ਟਿਮੋਥੀ ਬ੍ਰਾਊਨ ਸੀ। ਟਿਮੋਥੀ ਨੂੰ 2008 ਵਿੱਚ HIV ਤੋਂ ਮੁਕਤ ਘੋਸ਼ਿਤ ਕਰ ਦਿੱਤਾ ਗਿਆ ਸੀ। ਉਹ ਪਹਿਲਾ ਵਿਅਕਤੀ ਸੀ, ਪਰ ਸਾਲ 2020 ਵਿੱਚ ਮੈਥੋਟੀ ਨੂੰ ਕੈਂਸਰ ਕਾਰਨ ਮੌਤ ਹੋ ਗਈ। ਹੁਣ ਜੋ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਸੀ, ਉਸ ਨੂੰ ਸਾਲ 2009 ਵਿੱਚ HIV, ਇਸ ਤੋਂ ਬਾਅਦ ਸਾਲ 2000 ਵਿੱਚ ਲਿਊਕੇਮੀਆ ਕਾਰਨ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਸੀ। ਬਰਲਿਨ ਅਤੇ ਚੈਰਿਟੀ ਯੂਨੀਵਰਸਿਟੀ ਹਸਪਤਾਲ ਦੇ ਡਾਕਟਰ ਮੁਤਾਬਕ ਮਰੀਜ਼ ਦੀਆਂ ਰਿਪੋਰਟਾਂ ਤੋਂ ਸਾਫ਼ ਹੋ ਗਿਆ ਕਿ ਉਹ ਠੀਕ ਹੋ ਗਿਆ ਹੈ, ਪਰ ਅਜੇ ਪੂਰੀ ਤਰ੍ਹਾਂ ਪੱਕਾ ਨਹੀਂ। ਹਾਲਾਂਕਿ ਉਮੀਦ ਹੈ ਕਿ ਇਹ ਵਿਅਕਤੀ ਨਿਸ਼ਚਿਤ ਤੌਰ 'ਤੇ HIV ਤੋਂ ਮੁਕਤੀ ਪ੍ਰਾਪਤ ਕਰੇਗਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਏਡਜ਼ ਵਰਗੀ ਬਿਮਾਰੀ ਵਿੱਚ ਬਚਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਹੁਣ ਤੱਕ ਦੇ ਰਿਕਾਰਡ ਮੁਤਾਬਕ ਇਸ ਬਿਮਾਰੀ ਤੋਂ ਸਿਰਫ 6 ਲੋਕ ਪੂਰੀ ਤਰ੍ਹਾਂ ਠੀਕ ਹੋਏ ਹਨ। ਜੇਕਰ ਇਹ ਵੀ ਠੀਕ ਹੋ ਜਾਂਦਾ ਹੈ ਤਾਂ ਉਹ ਪੂਰੀ ਤਰ੍ਹਾਂ ਠੀਕ ਹੋਣ ਵਾਲੇ 7ਵੇਂ ਵਿਅਕਤੀ ਹੋਣਗੇ। ਖੋਜਕਰਤਾ ਮੁਤਾਬਕ ਜੇਕਰ ਇਹ ਸਫਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਇਲਾਜ ਏਡ ਦੇ ਮਰੀਜ਼ਾਂ ਲਈ ਜ਼ਿਆਦਾ ਕਾਰਗਰ ਸਾਬਤ ਹੋਵੇਗਾ। ਬਿਊਰੋ ਰਿਪੋਰਟ, ਤੈਲਕਾ, ਪੰਜਾਬੀ TV। HIV ਏਡਜ਼ ਦੇ ਮਰੀਜ਼ਾਂ ਲਈ ਖੁਸ਼ਖਬਰੀ ਹੈ। ਵੀਰਵਾਰ ਨੂੰ ਡਾਕਟਰ ਦੀ ਇੱਕ ਟੀਮ ਨੇ ਐਲਾਨ ਕੀਤਾ ਕਿ ਜਰਮਨੀ ਦਾ ਇੱਕ 60 ਸਾਲਾ ਵਿਅਕਤੀ ਸਟੈਮ ਸੈੱਲ ਟ੍ਰਾਂਸਪਲਾਂਟ ਕਾਰਨ HIV ਦੀ ਬਿਮਾਰੀ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਏਗਾ। ਇਸ ਨਾਲ ਇਹ ਵਿਅਕਤੀ ਦੁਨੀਆ ਦਾ 7ਵਾਂ ਵਿਅਕਤੀ ਹੋਏਗਾ ਜੋ HIV ਤੋਂ ਠੀਕ ਹੋਇਆ ਹੈ। ਅਜਿਹੇ ਮਾਮਲੇ ਵਾਇਰਸ ਵਿਰੁੱਧ ਵਿਸ਼ਵ ਵਿਆਪੀ ਲੜਾਈ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਣਗੇ। ਦਰਅਸਲ ਅਗਲੇ ਹਫ਼ਤੇ ਮਿਊਨਿਕ 'ਚ ਇੰਟਰਨੈਸ਼ਨਲ ਏਡ ਕਾਨਫਰੰਸ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਅਜਿਹੀ ਸਫਲਤਾ ਕਾਰਨ ਵੱਡੀ ਗੱਲ ਹੈ। ਇਸ ਬਿਮਾਰੀ 'ਤੇ ਕੰਮ ਕਰ ਰਹੇ ਖੋਜਕਰਤਾ ਨੇ ਕਿਹਾ ਹੈ ਕਿ ਇੱਕ ਵੱਡੀ ਗੱਲ ਹੈ ਅਤੇ ਇਸ ਦੇ ਨਾਲ ਹੀ ਇਸ ਨੇ ਸਾਨੂੰ ਉਮੀਦ ਦਿੱਤੀ ਹੈ ਕਿ ਅਸੀਂ ਇਸ ਬਿਮਾਰੀ ਦੇ ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਕਰ ਸਕਦੇ ਹਾਂ। ਇਸ HIV ਮਰੀਜ਼ ਨੂੰ HIV ਅਤੇ ਹਮਲਾਵਰ ਲਿਊਕੇਮੀਆ ਦੋਨੋਂ ਹਨ। ਇਸ ਲਈ ਸੈੱਲ ਟ੍ਰਾਂਸਪਲਾਂਟ ਅਜਿਹੇ ਲੋਕਾਂ ਲਈ ਖਤਰਨਾਕ ਸਾਬਤ ਹੁੰਦਾ ਹੈ, ਪਰ ਫਿਰ ਵੀ ਅਸੀਂ ਜੋਖਮ ਲਿਆ ਹੈ, ਇਸ ਲਈ ਟ੍ਰਾਂਸਪਲਾਂਟ ਕੀਤਾ ਹੈ। ਇਸ ਜਰਮਨ ਵਿਅਕਤੀ ਨੇ ਆਪਣੀ ਪਛਾਣ ਨਾ ਦੱਸਣ ਲਈ ਇੱਛਾ ਜ਼ਾਹਰ ਕੀਤੀ ਹੈ। ਉਸ ਨੂੰ ਨੈਕਟਲ ਬਰਲਿਨ ਮਰੀਜ਼ ਕਿਹਾ ਜਾ ਰਿਹਾ ਹੈ। ਬਰਲਿਨ ਦੇ ਮੂਲ ਮਰੀਜ਼ ਦਾ ਨਾਂ ਟਿਮੋਥੀ ਬ੍ਰਾਊਨ ਸੀ। ਟਿਮੋਥੀ ਨੂੰ 2008 ਵਿੱਚ HIV ਤੋਂ ਮੁਕਤ ਘੋਸ਼ਿਤ ਕਰ ਦਿੱਤਾ ਗਿਆ ਸੀ। ਉਹ ਪਹਿਲਾ ਵਿਅਕਤੀ ਸੀ, ਪਰ ਸਾਲ 2020 ਵਿੱਚ ਮੈਥੋਟੀ ਨੂੰ ਕੈਂਸਰ ਕਾਰਨ ਮੌਤ ਹੋ ਗਈ। ਹੁਣ ਜੋ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਸੀ, ਉਸ ਨੂੰ ਸਾਲ 2009 ਵਿੱਚ HIV, ਇਸ ਤੋਂ ਬਾਅਦ ਸਾਲ 2000 ਵਿੱਚ ਲਿਊਕੇਮੀਆ ਕਾਰਨ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਸੀ। ਬਰਲਿਨ ਅਤੇ ਚੈਰਿਟੀ ਯੂਨੀਵਰਸਿਟੀ ਹਸਪਤਾਲ ਦੇ ਡਾਕਟਰ ਮੁਤਾਬਕ ਮਰੀਜ਼ ਦੀਆਂ ਰਿਪੋਰਟਾਂ ਤੋਂ ਸਾਫ਼ ਹੋ ਗਿਆ ਕਿ ਉਹ ਠੀਕ ਹੋ ਗਿਆ ਹੈ, ਪਰ ਅਜੇ ਪੂਰੀ ਤਰ੍ਹਾਂ ਪੱਕਾ ਨਹੀਂ। ਹਾਲਾਂਕਿ ਉਮੀਦ ਹੈ ਕਿ ਇਹ ਵਿਅਕਤੀ ਨਿਸ਼ਚਿਤ ਤੌਰ 'ਤੇ HIV ਤੋਂ ਮੁਕਤੀ ਪ੍ਰਾਪਤ ਕਰੇਗਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਏਡਜ਼ ਵਰਗੀ ਬਿਮਾਰੀ ਵਿੱਚ ਬਚਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਹੁਣ ਤੱਕ ਦੇ ਰਿਕਾਰਡ ਮੁਤਾਬਕ ਇਸ ਬਿਮਾਰੀ ਤੋਂ ਸਿਰਫ 6 ਲੋਕ ਪੂਰੀ ਤਰ੍ਹਾਂ ਠੀਕ ਹੋਏ ਹਨ। ਜੇਕਰ ਇਹ ਵੀ ਠੀਕ ਹੋ ਜਾਂਦਾ ਹੈ ਤਾਂ ਉਹ ਪੂਰੀ ਤਰ੍ਹਾਂ ਠੀਕ ਹੋਣ ਵਾਲੇ 7ਵੇਂ ਵਿਅਕਤੀ ਹੋਣਗੇ। ਖੋਜਕਰਤਾ ਮੁਤਾਬਕ ਜੇਕਰ ਇਹ ਸਫਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਇਲਾਜ ਏਡ ਦੇ ਮਰੀਜ਼ਾਂ ਲਈ ਜ਼ਿਆਦਾ ਕਾਰਗਰ ਸਾਬਤ ਹੋਵੇਗਾ। ਬਿਊਰੋ ਰਿਪੋਰਟ, ਤੈਲਕਾ, ਪੰਜਾਬੀ TV।